ਕਿਸੇ ਨੇ ਦੱਸਿਆ ਕਿ ਤੁਸੀਂ ਪਠਾਨਕੋਟ ਵਿੱਚ ਆਪਣੇ ਬਾੜ ਕੇ ਇੱਥੇ ਲੋਕਾਂ ਨੂੰ ਇੱਥੇ ਮਾਰਦੇ ਹੋ, ਦੀਨਾ ਨਗਰ ਵਿੱਚ ਮਾਰਦੇ ਹੋ, ਜਾਂ ਇੱਥੇ ਅੰਮ੍ਰਿਤਸਰ ਦੇ ਪਿੰਡ ਵਿੱਚ ਮੇਰੇ ਲੋਕ ਆਪਣਾ ਕੀਰਤਨ ਕਰ ਰਹੇ ਨੇ, ਸਵੇਰੇ ਉੱਥੇ ਬੈਠੇ ਨੇ, ਜਾ ਕੇ ਤੁਸੀਂ ਉਹਨਾਂ 'ਤੇ ਗ੍ਰੇਨੇਡ ਸਿਟਾ ਕੇ ਉਹਨਾਂ ਨੂੰ ਮਾਰਦੇ ਹੋ। ਇਹ ਫੌਜੀਆਂ ਦਾ ਸਿਖਲਾਈ ਹੈ, ਇਹ ਕਾਇਦਾਂ ਦੀ ਸਿਖਲਾਈ ਹੈ। 34 ਸਾਲਾਂ ਤੋਂ ਕਤਲੇਆਮ ਦੀ ਇਨਸਾਫ਼ ਦੀ ਲੜਾਈ ਲੜਦੀ ਹੋਈ ਸਿੱਖ ਕੌਮ ਨੂੰ ਪਹਿਲੀ ਇਨਸਾਫ਼ ਦੀ ਕਿਰਨ ਅਦਾਲਤਾਂ ਨੇ ਦਿੱਤੀ, ਤੇ ਉਹਨਾਂ ਕਾਤਲਾਂ ਨੂੰ ਫਾਂਸੀ ਵਿੱਚ ਟੰਗਣ ਦਾ ਜਿਹੜਾ ਕੰਮ ਕੀਤਾ, ਇਹਦੇ ਨਾਲ ਸਾਨੂੰ ਵਿਸ਼ਵਾਸ ਹੈ ਕਿ ਵੱਡੇ ਮਗਰਮੱਛ ਵੀ ਫਾਂਸੀ 'ਤੇ ਟੰਗੇ ਜਾਣਗੇ। ਇਹਨਾਂ ਨੇ ਸਿੱਖਾਂ ਦੀ ਨਸਲ ਖੁਸ਼ੀ ਕੀਤੀ। ਜਿਹੜੇ ਮਗਰਮੱਛਾਂ ਦੀ ਗੱਲ ਕੀਤੀ ਗਈ, ਉਹਨਾਂ ਮਗਰਮੱਛਾਂ ਨੂੰ ਫੜ ਕੇ ਫਾਏ ਟੰਗਣਾ ਚਾਹੀਦਾ, ਇਹਦੇ ਵਿੱਚ ਕੋਈ ਰਾਏ ਨਹੀਂ। ਹਮਾਰਾ ਮਸਲਾ ਇੱਕ ਕਸ਼ਮੀਰ ਦਾ। ਜੋ ਮਰਜ਼ੀ ਹੋ ਜਾਵੇ, ਲੇਕਿਨ ਭਾਰਤ ਦੇ ਸਿਆਸਤਦਾਨ, ਖਾਸ ਕਰਕੇ ਪੰਜਾਬ ਦੀ ਰਾਜਨੀਤੀ ਕਦੇ ਬਦਲ ਨਹੀਂ ਸਕਦੀ। ਇਨਸਾਨ, ਮੌਤ, ਲਾਸ਼ਾਂ 'ਤੇ ਤਾਂ ਅੱਜ ਤੱਕ ਸਿਆਸਤ ਹੁੰਦੀ ਆਈ ਹੈ, ਲੇਕਿਨ ਹੁਣ ਇਹਨਾਂ ਸਿਆਸਤਦਾਨਾਂ ਨੇ ਰੱਬ ਪਰਮਾਤਮਾ 'ਤੇ ਵੀ ਆਪਣਾ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ। ਹੁਣ ਧਰਮ ਦੇ ਨਾਂ 'ਤੇ ਵੀ ਸਿਆਸਤ ਹੋ ਰਹੀ ਹੈ। ਸੱਚੀ ਹੈ ਕਲਯੁਗੀ ਹੈ, ਜਿੱਥੇ ਰੱਬ ਨੂੰ ਵੀ ਨਹੀਂ ਬਖਸ਼ਿਆ ਗਿਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ, ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ, ਅਤੇ ਅੱਜ ਸਾਡੀ ਖਾਸ ਪੇਸ਼ਕਸ਼ ਬਾਬੇ ਨਾਨਕ ਅਤੇ ਸਿਆਸਤ ਵਿੱਚ ਕਿਉਂ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੱਚੀ ਬੜਾ ਦੁੱਖ ਹੁੰਦਾ, ਦਿਲ ਨੂੰ ਇੱਕ ਠਾਂ ਜੀ ਲੱਗਦੀ ਹੈ ਜਦ ਇਹਨਾਂ ਸਿਆਸਤਦਾਨਾਂ ਵੱਲੋਂ ਆਪਣਾ ਝੂਠਾ ਨਾਂ ਬਣਾਉਣ ਦੇ ਲਈ, ਆਪਣੀ ਕੁਛ ਦੇਰ ਦੀ ਸ਼ਾਨ ਬਣਾਉਣ ਦੇ ਲਈ ਰੱਬ ਨੂੰ ਵੀ ਸਿਆਸਤ ਵਿੱਚ ਘਟੀਸਿਆ ਜਾਂਦਾ। ਬਹੁਤ ਦੁੱਖ ਹੁੰਦਾ ਜਦ ਰੱਬ ਵੱਲੋਂ ਬਣਾਏ ਇਨਸਾਨ ਹੀ ਉਸ ਮਾਲਕ 'ਤੇ ਆਪਣੀ ਮਾਲਕੀ ਹੱਕ ਜਤਾ ਕੇ ਉਸ 'ਤੇ ਹੀ ਰਾਜਨੀਤੀ ਖੇਡਦੇ ਹਨ। ਕਰਤਾਰਪੁਰ ਲਾਂਘਾ, 26 ਨਵੰਬਰ 2018, ਉਹ ਦਿਨ ਜੋ ਸਿੱਖ ਕੌਮ ਦੇ ਲਈ, ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਬਹੁਤ ਹੀ ਵਡਭਾਗਾ ਦਿਨ ਸੀ, ਕਿਉਂਕਿ ਕਈ ਲੰਬੇ ਸੰਘਰਸ਼ ਤੋਂ ਬਾਅਦ, ਕਈ ਔਕੜਾਂ ਤੋਂ ਬਾਅਦ, ਆਖਿਰਕਾਰ 47 ਦੀ ਵੰਡ ਤੋਂ ਬਾਅਦ, ਕਰੀਬ 70 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਉਹ ਦਵਾਰ ਖੁੱਲ੍ਹਿਆ ਸੀ ਜਿਸਦੀ ਉਡੀਕ ਹਰ ਪੰਜਾਬੀ ਨੂੰ, ਹਰ ਸਿੱਖ ਨੂੰ, ਹਰ ਉਸ ਇਨਸਾਨ ਨੂੰ ਸੀ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ, ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ 'ਤੇ ਤੁਰਦਾ। ਪਰ ਉੱਥੇ ਵੀ ਉਹੀ ਹੋ ਗਿਆ ਜੋ ਨਹੀਂ ਹੋਣਾ ਚਾਹੀਦਾ ਸੀ। ਜੀ, ਨਹੀਂ ਹੋਣਾ ਚਾਹੀਦਾ ਸੀ ਸਿਆਸਤ, ਰਾਜਨੀਤੀ, ਉਹ ਵੀ ਗੁਰੂ ਦੇ ਨਾਂ 'ਤੇ, ਬਾਬੇ ਨਾਨਕ ਦੇ ਨਾਂ 'ਤੇ। ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਨਾਲ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ, ਪਰ ਸਿਆਸਤਦਾਨਾਂ ਦੀ ਤਿਕੜਮਬਾਜ਼ੀ ਨੇ ਮਾਹੌਲ ਉਸ ਦਿਨ ਨਮੋਸ਼ੀ ਵਾਲਾ ਬਣਾ ਦਿੱਤਾ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਖ ਕਤਲੇਆਮ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨੇ ਲਾਏ, ਅਤੇ ਕਾਂਗਰਸ ਪ੍ਰਧਾਨ ਨੇ ਨਸ਼ਿਆਂ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਘੇਰਿਆ। ਇਸ ਮੌਕੇ ਉਪ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਵੀ ਨਾਅਰੇਬਾਜ਼ੀ ਹੋਈ। ਅਕਾਲੀਆਂ ਨੇ ਤਾਂ ਵਿਕਰਮ ਮਜੀਠੀਆ ਦੀ ਅਗਵਾਈ ਹੇਠ ਵਾਕਆਊਟ ਹੀ ਕਰ ਦਿੱਤਾ। ਦਰਅਸਲ ਸਮਾਗਮ ਵਿੱਚ ਸੁਖਬੀਰ ਬਾਦਲ ਨੂੰ ਬੋਲਣ ਦਾ ਸਮਾਂ ਹੀ ਨਹੀਂ ਦਿੱਤਾ ਗਿਆ। ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਮੋਰਚਾ ਸਾਂਭਿਆ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਪਾ ਦਿੱਤੇ। 70 ਸਾਲਾਂ ਵਿੱਚ ਕਿੰਨੇ ਪ੍ਰਧਾਨ ਮੰਤਰੀ ਸਨ, ਕਿੰਨੇ ਆਏ, ਕਿੰਨੇ ਗਏ, ਕਿਹਨਾਂ ਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ, ਕਿਹਨਾਂ ਨੇ ਸਾਡੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕਰਨ ਦਾ ਕੰਮ ਕੀਤਾ, ਨਸਲ ਕੁਸ਼ੀਆਂ ਕੀਤੀ, ਲੇਕਿਨ ਮੋਦੀ ਸਾਹਿਬ ਵਰਗੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੇ ਦੁੱਖਾਂ 'ਚ ਮਰਮ ਲਗਾਉਣ ਦਾ ਕੰਮ ਨਹੀਂ, ਲੇਕਿਨ ਦੋ ਲੜਦੇ ਹੋਏ ਦੇਸ਼ਾਂ ਵਿੱਚ ਵੀ ਅਮਨ ਸ਼ਾਂਤੀ ਦਾ, ਗੁਰੂ ਸਾਹਿਬ ਦਾ ਪੈਗਾਮ ਲਿਜਾਣ ਵਾਸਤੇ ਉਸ ਕੈਬਨਿਟ ਵਿੱਚ ਇਹ ਵੱਡਾ ਫੈਸਲਾ ਸੁਣਾਇਆ ਕਿ ਸਾਡੀ ਸਰਕਾਰ ਵੱਲੋਂ ਪਹਿਲੀ ਤੌਰ 'ਚ ਇਹ ਲਾਂਘਾ, ਕਰਤਾਰਪੁਰ ਸਾਹਿਬ ਦਾ ਲਾਂਘਾ ਸਾਡੀ ਵੱਡੀ ਮੰਗ ਦੇਣ ਦਾ ਇਤਿਹਾਸਿਕ ਫੈਸਲਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ। ਸ਼ੁਕਰਾਨਾ ਚੱਲ ਰਿਹਾ ਸੀ, ਤਾਰੀਫਾਂ ਚੱਲ ਰਹੀਆਂ ਸਨ, ਮਾਹੌਲ ਖੁਸ਼ਨੁਮਾ ਸੀ, ਪਰ ਨਮੋਸ਼ੀ ਛਾ ਗਈ। ਕਿਉਂ? ਆਖਰ ਹੋਇਆ ਕੀ ਇਹੋ ਜਿਹਾ ਜੋ ਸਿਆਸਤਦਾਨ ਮੌਕੇ ਦੇ ਸਮੇਂ ਦੀ ਨਜ਼ਾਕਤ ਨੂੰ ਵੀ ਨਾ ਸਮਝ ਪਾਏ, ਇੱਜ਼ਤ ਵੀ ਨਾ ਰੱਖ ਪਾਏ? ਬਿਊਰੋ ਰਿਪੋਰਟ, ਸਾਂਝਾ ਟੀਵੀ। ਅੱਜ ਇੱਕ ਇਤਿਹਾਸਿਕ ਮੌਕੇ 'ਤੇ ਪਹੁੰਚੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਿੱਖ ਕੌਮ ਦੇ ਉੱਤੇ ਕੀਤਾ ਹੋਇਆ ਇਹ ਵੱਡਾ ਅਹਿਸਾਨ, ਜਿਹੜੀ ਪਰਮਾਤਮਾ ਦੀ ਕਿਰਪਾ ਦੇ ਨਾਲ
गुरु साहब ने आप प्रधानमंत्री मोदी जी तो कहलाया ते करवाया। सब कुछ वधिया चल रहा सी, स्टेज सजी हुई सी, सारे सियासतदान इको स्टेज ते मौजूद सन, माहौल काफ़ी खुशनुमा सी। मनो उस दिन स्टेज ते सारिया नू कठिया वेख के पहली बार इदा जापया कि शायद जेड़े सियासतदान इलेक्शंस दे टाइम ते आम लोकां दे लई गल्लां करदे हन, पंजाब वास्ते गल्लां करदे हन, पंजाबीयत वास्ते गल्लां करदे हन, ओह अज सच्ची पंजाब दे लई देश दे लई कट्ठे होए हन। लेकिन नहीं, इन सियासतदाना ने एक बार फिर गलत साबित कर दिता। इन्हें साबित कर दिता कि जो मर्जी हो जाए यह कदे कट्ठे नहीं हो सकते, रब दे नाते भी नहीं, उन्हें 12 करोड़ लोगों के जज्बातों के लिए भी नहीं जिन्हों उड़ीक सी बाबे नानक के खुले दर्शन दे दारा दी। सियासत सियासतदाना दे रोम रोम विच वसदी है। जिस तरह एक आम इंसान नू जीण दे लई पानी जल दी लोड़ हुंदी है, लगदा इन सियासतदाना दे सा इना दे जीण दा सहारा सिर्फ ते सिर्फ सियासत करना है। फिर भावें उस विच रब नू लैके ही क्यों ना आउणा पवे। बीबी हरसिमरत कौर बादल भारत सरकार दी नुमाइंदगी तां कर रहे सी, लेकिन मोदी सरकार दे गुण गाउंदे गाउंदे उन्हां नू विरोधी धिर दा आभास हो गया। जापदा अकालियां दी नूह होण दा आभास हो गया ते शुरू हो गया ओ खेड एक दूजे दे दोषां दा। इस मगरों जोश विच आउंदिया हरसिमरत बादल ने कांग्रेस ते कांग्रेसियां नू रगले लाउणे शुरू कर दित्ते। उन्हां स्टेज ते मुख्यमंत्री कैप्टन अमरिंदर सिंह अते सुनील जाखड़ दी वी परवाह ना कीती। हरसिमरत बादल ने 84 कतलेआम मामलों में वड्डे मगरमच्छा नू फाहे लाउण दी मांग केंद्र सरकार अगे दोहराई। 34 सालों तो कतलेआम दी इंसाफ दी लड़ाई लड़दी हुई सिख कौम नू पहली इंसाफ दी किरण अदालतां ने दित्ती ते उहनां कातलां नू फांसी विच टंगण दा जिहड़ा काम कीता इहदे नाल सानू विश्वास है कि वड्डे मगरमच्छ भी फांसी ते टंगे जाणगे जिन्हां ने सिखां दी नसल खुशी कीती। जे गुरु साहब ने सानू कहा कि रब दे करके देर हो सकती है लेकिन अंधेर नहीं, ते इस दी किरण सानू दित्ती है जिहदे करके अज साडे विच हौसला है कि 34 साल दी लड़ाई जे अज इंसाफ मिल सकदा है ते मोदी साहब दी बनाई हुई SIT ओ दिन दूर नहीं जिथे हरेक नू हजारा कतलेआम कीते हुए लोकां नू भी इंसाफ मिलूगा, उन्हां बेचारी विधवा नू इंसाफ मिलूगा। उन्होंने नाल ही कांग्रेस दियां सरकारां नू श्री दरबार साहिब ते श्री अकाल तख्त साहिब दे हमले लई दोषी गर्दानिया ते कांग्रेस उपर जबरदस्त हमले कीते। 70 सालां विच किन्ने प्रधानमंत्री सन, किन्ने आए किन्ने गए, किन्हां ने देश नू तोड़न दा काम कीता, किन्हां ने साडे धार्मिक स्थानां नू ढेरी करन दा काम कीता, नसल खुशियां कीती, लेकिन मोदी साहब वर्गे प्रधानमंत्री ने सिखां दे दुखा च मरम लगान का काम नहीं, लेकिन दो लड़ते हुए देशों में भी अमन शांति का गुरु साहब का पैगाम ले जाने वास्ते उस कैबिनेट में यह वड्डा फैसला सुनाया कि साड़ी सरकार वालों पहली तौर से यह लांघा करतारपुर साहब का लांघा साड़ी वड्डी मांग देता है। इतिहासिक फैसला प्रधानमंत्री मोदी जी ने किया। मामला उस वेले गर्मा गया जदों कैबिनेट मंत्री सुखजिंदर रंधावा नूं इह गल हजम ना हुई। ਉਹ ਤੁਰੰਤ ਸਟੇਜ 'ਤੇ ਵਾਪਸ ਪਰਤੇ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਉਹਨਾਂ ਨੇ ਹਰਸਿਮਰਤ ਵੱਲੋਂ ਕੀਤੀ ਤਿੱਖੀ ਬਿਆਨਬਾਜ਼ੀ ਦਾ ਨੋਟਿਸ ਲੈਣ ਦਾ ਜ਼ਿਕਰ ਕੀਤਾ। ਰਧਾਵਾ ਇੰਨੇ ਗੁੱਸੇ 'ਚ ਨਜ਼ਰ ਆਏ ਕਿ ਉਹਨਾਂ ਨੂੰ 1 ਮਿੰਟ ਵੀ ਚੈਨ ਨਾਲ ਬੈਠਣਾ ਮੁਨਾਸਬ ਨਹੀਂ ਲੱਗਾ। ਇਸ ਮਗਰੋਂ ਵਾਰੀ ਆਈ ਕਾਂਗਰਸ ਦੀ, ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਦਾ ਦੁਖਦੀ ਰੱਖ ਛੇੜੀ ਦਿੱਤੀ। ਜਾਖੜ ਨੇ ਰੰਧਾਵਾ ਦੇ ਹੱਕ ਵਿੱਚ ਨਿੱਤਰ ਦਿਆ ਕਿਹਾ ਕਿ ਅੱਜ ਇਸ ਸਟੇਜ ਤੋਂ ਜਿਨ੍ਹਾਂ ਮਗਰਮੱਛਾਂ ਦੀ ਗੱਲ ਹੋਈ ਹੈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ, ਇਕੱਲੇ ਸਿੱਖ ਕੌਮ ਦੇ ਨਹੀਂ, ਇਕੱਲੇ ਪੰਜਾਬੀਆਂ ਦੇ ਨਹੀਂ, ਪੂਰੇ ਹਿੰਦੁਸਤਾਨ ਦੇ ਅੰਦਰ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਟੀਸ ਹੈ 84 ਨੂੰ ਲੈ ਕੇ। ਉਹ ਜਿਹੜੇ ਜ਼ਖਮ ਹੈ ਉਹਨਾਂ 'ਤੇ ਮੱਲਮ ਲੱਗਣੀ ਚਾਹੀਦੀ ਹੈ। ਜਿਹੜੇ ਮਗਰਮੱਛਾਂ ਦੀ ਗੱਲ ਕੀਤੀ ਗਈ ਉਹਨਾਂ ਮਗਰਮੱਛਾਂ ਨੂੰ ਫੜ ਕੇ ਫਾਹੇ ਟੰਗਣਾ ਚਾਹੀਦਾ, ਇਹਦੇ ਵਿੱਚ ਕੋਈ ਰਾਏ ਨਹੀਂ। ਪਰ ਮਾਨਯੋਗ ਉਪ ਰਾਸ਼ਟਰਪਤੀ ਜੀ, ਤੁਹਾਡੇ ਧਿਆਨ ਦੇ ਵਿੱਚ, ਸਾਹਮਣੇ ਬੈਠੀ ਸੰਗਤਾਂ ਦੇ ਧਿਆਨ ਦੇ ਵਿੱਚ ਮੈਂ ਲੈ ਕੇ ਆਉਣਾ ਚਾਹੁੰਦਾ
ਵੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਨਿਗਰਾਨੀ ਹੇਠ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਮਗਰਮੱਛ ਕਿਤੇ ਦਿਖਾਈ ਦੇਣਗੇ ਤਾਂ ਸਿਰਫ ਬਿਆਸ ਦਰਿਆ 'ਚ ਦਿਖਾਈ ਦੇਣਗੇ ਜਾਂ ਹਰੀਕੇ 'ਤੇ ਦਿਖਾਈ ਦੇਣਗੇ। ਉਹ ਮਗਰਮੱਛ ਜਿਨ੍ਹਾਂ ਨੇ ਉਹ ਮਗਰਮੱਛ ਜਿਨ੍ਹਾਂ ਨੇ ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ ਨਸ਼ੇ ਦੇ ਵਿੱਚ ਧਕੇਲਤਾ, ਉਹ ਮਗਰਮੱਛ ਜਿਨ੍ਹਾਂ ਨੇ ਧਰਮ ਦੇ ਪੰਚ ਦੀ ਪੀਠ 'ਚ ਛੁਰਾ ਘੋਪਿਆ, ਗੱਦਾਰੀ ਕੀਤੀ। ਮਗਰਮੱਛ ਕੋਈ ਛੱਡਿਆ ਨਹੀਂ ਜਾਣਾ ਸਾਹਿਬ, ਮਗਰਮੱਛ ਸਾਰੇ ਫੜੇ ਜਾਣਗੇ। ਉਨ੍ਹਾਂ ਨੇ ਉਪ ਰਾਸ਼ਟਰਪਤੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚੋਂ ਕਿਸੇ ਕਿਸਮ ਦੇ ਵੀ ਮਗਰਮੱਛ ਇੱਕ ਮਹੀਨੇ ਤੱਕ ਨਹੀਂ ਲੱਭਣਗੇ, ਭਾਵੇਂ ਉਹ ਚਿੱਟੇ ਦੇ ਵਪਾਰੀ ਹੋਣ ਜਾਂ ਜੋ ਮਰਜ਼ੀ। ਜਾਖੜ ਦੇ ਇਸ ਹਮਲੇ ਦਾ ਸਭ ਤੋਂ ਵੱਧ ਗੁੱਸਾ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਪੰਡਾਲ ਵਿੱਚ ਬੈਠੇ ਬਿਕਰਮ ਮਜੀਠੀਆ ਨੇ ਸੁਨੀਲ ਜਾਖੜ ਨੂੰ ਅੱਖਾਂ ਦਿਖਾਉਂਦਿਆਂ ਉਹਨਾਂ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੰਡਾਲ ਵਿੱਚ ਬਿਕਰਮ ਮਜੀਠੀਆ ਦੇ ਨਾਲ ਬੈਠੇ ਬਾਕੀ ਅਕਾਲੀਆਂ ਨੇ ਵੀ ਨਾਅਰੇਬਾਜ਼ੀ ਦਾ ਜਵਾਬ ਦਿੱਤਾ। ਮਾਹੌਲ ਪੂਰੀ ਤਰ੍ਹਾਂ ਤਲਖੀ ਵਾਲਾ ਬਣ ਗਿਆ ਤੇ ਪੁਲਿਸ ਨੂੰ ਇਕਦਮ ਹੱਥਾਂ ਪੈਰਾਂ ਦੀ ਪੈ ਗਈ। ਪੁਲਿਸ ਨੂੰ ਸਥਿਤੀ ਕਾਬੂ ਕਰਨ ਲਈ ਕਾਫੀ ਜਦੋਜਹਿਦ ਕਰਨੀ ਪਈ। ਸਟੇਜ ਤੇ ਦੇਸ਼ ਦੇ ਉਪ ਰਾਸ਼ਟਰਪਤੀ ਮੌਜੂਦ ਹੋਣ ਤੇ ਦੇਸ਼ ਦੇ ਹਿੱਤ ਦੇ ਲਈ ਕੋਈ ਕੰਮ ਹੋ ਰਿਹਾ ਹੋਵੇ, ਉਸਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੋਵੇ ਤੇ ਉਸ ਤੇ ਵੀ ਉਸ ਸਟੇਜ ਤੇ ਵੀ ਸਿਆਸੀ ਅਖਾੜਾ ਜੰਮ ਜਾਵੇ, ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਬਹੁਤ ਹੀ ਦੁਖਦਾਈ ਹੈ। ਸਵਾਲ ਖੜਾ ਹੁੰਦਾ ਹੈ ਕਿ ਕਦੇ ਵੀ ਉਹ ਦਿਨ ਨਹੀਂ ਆਏਗਾ ਜਦੋਂ ਦੇਸ਼ ਦੇ ਹਿੱਤ ਦੇ ਲਈ, ਲੋਕਾਂ ਦੇ ਹਿੱਤ ਦੇ ਲਈ ਸਾਰੇ ਸਿਆਸਤਦਾਨ ਇਕੱਠੇ ਹੋਣਗੇ ਤੇ ਰਲ ਕੇ ਕੰਮ ਕਰਨਗੇ ਪੰਜਾਬ ਦੇ ਲਈ, ਪੰਜਾਬੀਅਤ ਦੇ ਲਈ। ਸਵਾਲ ਹੈ ਪਰ ਜਵਾਬ ਨਹੀਂ। ਬਿਊਰੋ ਰਿਪੋਰਟ, ਸਾਂਝਾ ਟੀਵੀ। ਮਾਮਲਾ ਹੁਣ ਥੰਮਣ ਵਾਲਾ ਕਿੱਥੇ ਸੀ ਜਦ ਗੱਲ ਮਗਰਮੱਛਾਂ ਤੱਕ ਪਹੁੰਚ ਗਈ, ਜਦ ਦੋਹਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੇ ਇੱਕ ਦੂਜੇ ਨੂੰ ਮਗਰਮੱਛ ਤੱਕ ਕਹਿ ਦਿੱਤਾ, ਫਿਰ ਬਿਆਨਬਾਜ਼ੀ ਤਾਂ ਹੋਣੀ ਸੀ, ਰੁਕਣ ਵਾਲਾ ਤਾਂ ਕੋਈ ਵੀ ਨਹੀਂ ਸੀ। ਜਨਾਬ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਵੀ ਬਹਿਤੀ ਗੰਗਾ ਵਿੱਚ ਆਪਣੇ ਹੱਥ ਧੋ ਹੀ ਲਏ ਤੇ ਸੁਨੀਲ ਜਾਖੜ ਕਾਂਗਰਸ ਪ੍ਰਧਾਨ ਨੂੰ ਜ਼ੁਬਾਨ ਤੇ ਕੰਟਰੋਲ ਰੱਖਣ ਦੀ ਨਸੀਹਤ ਦੇ ਦਿੱਤੀ। ਬੜਾ ਇਤਿਹਾਸਿਕ ਸਮਾਗਮ, ਪਰ ਮੈਂ ਕਹਿਣਾ ਚਾਹੁੰਦਾ ਜਾਖੜ ਸਾਹਿਬ ਨੂੰ ਥੋੜੇ ਕੰਟਰੋਲ ਕਰਨਾ ਚਾਹੀਦਾ ਆਪਣੇ ਮੂੰਹ ਨੂੰ। ਇੰਨਾ ਆਸਪੀਸ਼ੀਅਸ ਸਮਾਗਮ ਹੈ, ਸਾਰੇ ਆਪਾਂ ਗੁਰੂ ਦੀ ਗੱਲ ਕਰ ਰਹੇ ਹਾਂ, ਇੱਥੇ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹਨੂੰ ਸ਼ਰਮ ਆਉਣੀ ਚਾਹੀਦੀ। ਜੋ ਮਰਜ਼ੀ ਕੋਸ਼ਿਸ਼ ਕਰੇ ਹਟਾਉਣ ਦੀ, ਜਿਹਦੇ ਮਗਰ ਪਰਮਾਤਮਾ ਸਿਰ ਤੇ ਪਰਮਾਤਮਾ ਹੱਥ ਨਾਲ ਆਪਣੇ ਆਪ ਕੁਰਸੀਆਂ ਆ ਜਾਂਦੀਆਂ। ਮੈਂ ਉਹੀ ਕਹਿੰਦਾ ਜਿੰਨਾ ਮਰਜ਼ੀ ਕਰੀ ਜਾਣ, ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਹੈ। ਹੁਣ ਉਹ ਘਬਰਾਏ ਬੈਠੇ ਹੈ, ਉਹਨਾਂ ਨੇ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਿਰ ਸੈਂਟਰ ਦੀ ਸਰਕਾਰ ਮੋਦੀ ਸਾਹਿਬ ਨੇ ਇੱਕ ਇਹੋ ਜਿਹੇ ਇਤਿਹਾਸਿਕ ਫੈਸਲੇ ਕਰਤੇ ਕੌਮ ਵਾਸਤੇ ਜਿਹੜੇ 70 ਸਾਲ ਨਹੀਂ ਕਰ ਸਕੇ। ਸਰ ਉਹਨਾਂ ਦੇ ਉਹਨਾਂ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ 10 ਸਾਲ, ਉਹ ਐਜ ਪ੍ਰਧਾਨ ਮੰਤਰੀ ਭਾਵੇਂ ਸਿੱਖ ਸੀ ਪਰ ਉਹ ਕਰ ਨਹੀਂ ਸਕੇ। ਨਵਜੋਤ ਸਿੰਘ ਸਿੱਧੂ ਦਾ ਪਤਾ ਹੀ ਲੱਗਦਾ, ਜੇ ਉਹਨੂੰ ਇੱਥੇ ਸਟੇਜ ਤੇ ਨਹੀਂ ਕਾਂਗਰਸੀ ਬਣ ਦਿੰਦੀ ਤਾਂ ਉਹਨੂੰ ਕ੍ਰੈਡਿਟ ਕੌਣ ਦਊਗਾ? ਅੱਜ ਉਹਨੂੰ ਚੰਗਾ ਠੋਕਿਆ ਕੈਪਟਨ ਨੇ। ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ, ਕਾਂਗਰਸ ਪੰਥ ਦੀ ਨੁਮਾਇੰਦਾ ਜਥੇਬੰਦੀ ਨਹੀਂ। ਕਾਂਗਰਸ ਤਾਂ ਟੈਂਕਾਂ ਟੋਪਾਂ ਨਾਲ ਗੁਰੂ ਘਰਾਂ ਨੂੰ ਢੋਣ ਵਾਲੀ ਪਾਰਟੀ ਹੈ, ਸੋ ਉਹਨਾਂ ਨੇ ਸਹੀ ਕੀਤਾ। ਜੋ ਰਿਪ੍ਰੈਜ਼ੈਂਟ ਕਰਦੀ ਹੈ ਕਮਿਊਨਿਟੀ ਨੂੰ ਉਹ ਸ਼੍ਰੋਮਣੀ ਅਕਾਲੀ ਦਲ ਕਰਦੀ ਹੈ, ਜੋ ਨੀਂਹ ਪੱਥਰ ਨਾਂ ਹੈ ਸਾਰਾ ਕੁਛ ਹੈ ਉਹ ਸਹੀ ਐਕਚੁਅਲ ਫੈਸਲਾ ਹੈ। ਆਹ ਤਾਂ ਦੋਸ਼ੀ ਹੈ, ਆਹ ਤਾਂ ਟੈਂਕਾਂ ਟੋਪਾਂ ਨਾਲ ਗੁਰੂ ਘਰਾਂ ਨੂੰ ਢੋਣ ਵਾਲੇ ਹੈ। ਜਿਹੜੇ ਜਾਖੜ ਜਿਹੜੇ ਗੁਰੂ ਦਾ ਹੁਕਮ ਹੋਇਆ ਕਹਿ ਰਿਹਾ, ਇੱਕ ਪਾਸੇ ਮੁੱਖ ਮੰਤਰੀ ਦਾ ਕਹਿ ਰਿਹਾ ਬਾਜਵਾ ਸਾਰਾ ਕਤਲ ਕਰਾ ਰਿਹਾ ਤੇ ਨਵਜੋਤ ਸਿੱਧੂ ਉਹਨੂੰ ਜੱਫੀਆਂ ਪਾ ਰਿਹਾ, ਫਿਰ ਸੀਐਮ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਨਾ? ਮਾਫੀ ਨਹੀਂ ਕੱਢਣਾ ਚਾਹੀਦਾ। ਇਹ ਸਭ ਕੁਝ ਵੇਖ ਕੇ ਕਹਾਵਤ ਯਾਦ ਆਉਂਦੀ ਹੈ, ਇੱਕੋ ਥਾਲੀ ਦੇ ਚੱਟੇ ਵੱਟੇ। ਇਹਨਾਂ ਸਿਆਸਤਦਾਨਾਂ ਲਈ ਤੇ ਇਸ ਸਿਚੁਏਸ਼ਨ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ, ਕਿਉਂਕਿ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਗਮ ਤੇ ਤਾਂ ਜੋ ਸਿਆਸਤ ਹੋਈ ਸੋ ਹੋਈ, ਉਸ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਵੀ ਬਿਆਨਬਾਜ਼ੀ ਨਹੀਂ ਰੁਕੀ।
कांग्रेस की, अकाली दल की, बागी नेता की, आम आदमी पार्टी की, सारे आदे सुर तेज हो गए। हासे दी गल तां इह रही कि जो आप बयानबाजी कर रहे ने उही बरसाती डड्डू निंदिया भी कर रहे ने, इह गल कुछ हजम नहीं हुई। इत्थे सवाल यह है कि जो अज उस समागम विच होए विवाद नूं मदभागा आख रहे हन, कि उन्हां कदे पंथक स्टेजां ते सियासी पारी नहीं खेडी। मुख दी गल इह है कि जिथे सारी दुनिया दे विच बैठे समूह पंजाबियां दी ते वैसे भी भारत दे लोगां दी निगाह सीगी उस फंक्शन दे उत्ते, कल उत्थे कांग्रेस वालिआं ने ते अकाली दल ने पूरी रज के कड़ी घोली, जिहनूं कहिंदे आ जिद्दां कोई कुक्कड़ां दी लड़ाई हुंदी हुंदी आ, और एक दूजे दे उत्ते तोंबतां ला रहे ने पब्लिकली फ्रॉम द स्टेज। इंटरनेशनल मीडिया उत्थे सीगा, नैशनल मीडिया सीगा, अपना मजाक उड़ा रहे ने। कोई उत्थे जाके नीह पत्थर दे उत्ते टेपां ला रहा वा, कोई 1984 दा अलामा दे रहा वा, 34 साल बाद उस एक दिन दा स्टेज छड्डिया जा सकदा सीगा। कोई उत्थे नशियां दी गल कर रहा वा, ते जिन्हां ते नशियां दे इल्जाम है वह ऑडियंस विचों उठ के जोर नाल अपने आप नूं डिफेंड करन लई वड्डे वड्डे नारे ला रहे ने उच्ची उच्ची आवाज़। कुल मिला के उहदी जिहड़ी सेंक्टिटी सी फंक्शन दी, जिहड़ी उहदी जिहनूं कहिंदे कि पायसनेस सी उस फंक्शन दी, ਉਹ ਕੱਲ੍ਹ ਇਹਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਨੇ ਰੱਜ ਕੇ ਤਬਾਹ ਕੀਤੀ। ਔਰ ਮੈਂ ਦੇਖਦਾ ਕਿ ਸਾਰੇ ਦੇਸ਼ ਨੇ ਕੱਲ੍ਹ ਦੇਖਿਆ ਹੋਊਗਾ ਕਿ ਕਿੱਦਾਂ ਇਹ ਪੰਜਾਬੀ ਅਤੇ ਸਿੱਖ ਆਪਸ ਵਿੱਚ ਕ੍ਰੈਡਿਟ ਲੈਣ ਵਿੱਚ ਭੱਜੇ ਹੋਏ ਨੇ, ਦੌੜ ਲੱਗੀ ਹੋਈ ਆ ਕਿ ਇਹ ਮੈਂ ਬਣਵਾਤਾ, ਉਹ ਕੋਈ ਕਹਿੰਦਾ ਜੀ ਮੈਂ ਬਣਵਾਤਾ। ਅੱਜ ਕਰਤਾਰਪੁਰ ਕੋਰੀਡੋਰ ਲੈ ਕੇ ਪੰਜਾਬ ਦੇ ਇਤਿਹਾਸ 'ਚ ਜਿਹੜੀ ਬਹੁਤ ਗਰਮਾਈ ਹੋਈ ਆ, ਇੱਕ ਦੂਜੇ ਦੋਸ਼ ਲੱਗ ਰਹੇ ਨੇ, ਇੱਕ ਦੂਜੇ 'ਤੇ ਕਿਹਾ ਜਾ ਰਿਹਾ ਮੈਂ ਇਹਦਾ ਕ੍ਰੈਡਿਟ ਲੈਣਾ, ਉਹ ਕਹਿੰਦਾ ਮੈਂ ਇਹਦਾ ਕ੍ਰੈਡਿਟ ਲੈਣਾ, ਪਰ ਅੱਜ ਬਹੁਤ ਹੀ ਮੰਦਭਾਗਾ ਹੋਇਆਗਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿੱਥੇ ਨੀਂਹ ਪੱਥਰ ਰੱਖਿਆ ਜਾਣਾ ਸੀਗਾ, ਸਭ ਤੋਂ ਪਹਿਲਾਂ ਉਹਦੇ ਚੇਪੀਆਂ ਲਾ ਦਿੱਤੀਆਂ ਗਈਆਂ, ਫਿਰ ਉਹਨੂੰ ਉਖਾੜ ਕੇ ਲੈ ਗਏ। ਅੱਜ ਡੇਰਾ ਬਾਬਾ ਨਾਨਕ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ, ਸੰਸਾਰ ਨੂੰ ਇਕੱਠੇ ਰੱਖਣ ਦੀ ਗੱਲ ਕੀਤੀ ਸੀ ਨਾਨਕ ਜੀ ਨੇ, ਔਰ ਸ਼ਾਂਤੀ ਦਾ ਮਿਸ਼ਨ ਜਿਹੜੀ ਲੈ ਕੇ ਚੱਲੇ ਸੀ ਗੁਰੂ ਨਾਨਕ ਦੇਵ ਜੀ, ਉਹਨੂੰ ਅੱਜ ਕਿਤੇ ਨਾ ਕਿਤੇ ਕਾਂਗਰਸ ਅਤੇ ਅਕਾਲੀ ਦਲ ਨੇ ਤੋੜਨ ਦਾ ਯਤਨ ਕੀਤਾ ਗਾ। ਦੋਨੇ ਪਾਰਟੀਆਂ ਨੇ, ਬੀਜੇਪੀ ਨੇ ਵੀ, ਤਿੰਨਾਂ ਪਾਰਟੀਆਂ ਰਲ ਕੇ ਇਹ ਕੋਸ਼ਿਸ਼ ਕੀਤੀ ਆ ਕਿ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਆ ਫੇਲ ਹੋਵੇ, ਕਿਉਂਕਿ ਪਿਛਲੇ ਅਸੀਂ ਦੇਖ ਰਹੇ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਇਸ ਮਸਲੇ ਲੈ ਕੇ ਸਿਆਸਤ ਕੀਤੀ ਜਾ ਰਹੀ ਸੀ। ਆਮ ਆਦਮੀ ਪਾਰਟੀ ਇੱਕੋ ਗੱਲ ਕਹਿੰਦੀ ਆ, ਪਿਛਲੇ ਜਦੋਂ ਤੋਂ ਆਮ ਆਦਮੀ ਪਾਰਟੀ ਸੋਚ ਰਹੀ ਹੈ, ਜਦੋਂ ਤੋਂ 70 ਸਾਲ ਪਹਿਲਾਂ ਆਜ਼ਾਦੀ ਤੋਂ ਬਾਅਦ ਅਸੀਂ ਸਾਨੂੰ ਨਨਕਾਣਾ ਸਾਹਿਬ ਤੋਂ ਵਿਛੋੜਿਆ ਗਿਆ ਸੀਗਾ, ਸਾਤੋਂ ਅਰਦਾਸ ਦੇ ਵਿੱਚ ਆਉਂਦਾ ਗਾ, ਅਰਦਾਸ ਦੇ ਵਿੱਚ ਅਸੀਂ ਲਗਾਤਾਰ ਸਿੱਖ ਭਾਈਚਾਰਾ ਗੁਰੂ ਨਾਨਕ ਦੇਵ ਜਿਹੜੇ ਹੈਗੇ ਨੇ ਸਾਰੇ ਵਿਅਕਤੀ ਆਪਣਾ ਅਰਦਾਸ ਕਰਦੇ ਨੇ ਕਿ ਅਰਦਾਸ ਮੰਗ ਕਰਦੇ ਸਾਨੂੰ ਨਨਕਾਣਾ ਸਾਹਿਬ ਦਰਸ਼ਨ ਹੋਣ। ਜੇਕਰ ਅੱਜ ਅਲਾਓ ਕੀਤਾ ਸਰਕਾਰ ਨੇ, ਪਰ ਅੱਜ ਸਿਆਸਤ ਹੋਈ ਹੈ, ਬਹੁਤ ਮੰਦ ਮਾੜੀ ਗੱਲ ਆ, ਅਸੀਂ ਤਾਂ ਨਿੰਦਾ ਕਰਦੇ ਹਾਂ। ਅਤੇ ਹੁਣ ਅਮਨ ਅਰੋੜਾ ਜੀ, ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਧਾਨ ਸਭਾ ਦੇ ਅੰਦਰ ਰੈਜ਼ੋਲੂਸ਼ਨ ਲੈ ਕੇ ਆਏ ਸੀ, ਮਤਾ ਲੈ ਕੇ ਆਏ ਸੀ ਕਿ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਣਾ ਕੋਰੀਡੋਰ ਵਾਸਤੇ, ਅਤੇ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਟੋਕ ਕੇ ਕਿਹਾ ਸੀ, ਉਦੋਂ ਟੋਕਿਆ ਸੀ ਕਿ ਕੈਪਟਨ ਸਾਹਿਬ ਪਹਿਲਾਂ ਜਿਹੜਾ ਸੱਜੇ ਹੱਥ ਤੁਹਾਡਾ ਸਿੱਧੂ ਵਜ਼ੀਰ ਬੈਠਾ ਨਾ, ਸਭ ਤੋਂ ਪਹਿਲਾਂ ਸਿੱਧੂ ਦਾ ਧੰਨਵਾਦ ਕਰੋ। ਤੁਸੀਂ ਸਿੱਧੂ ਦੇ ਤਾਂ ਪੈ ਗਏ, ਮਗਰ ਸਾਰੇ ਹੀ ਮੰਤਰੀ, ਸਾਰੇ ਹੀ ਕਾਂਗਰਸ ਦੇ MLA ਸਣੇ ਮੁੱਖ ਮੰਤਰੀ, ਇੱਕ ਪਾਸੇ ਸਿੱਧੂ ਜਿਹੜਾ ਕੋਰੀਡੋਰ ਮੰਗ ਕੇ ਆਇਆ ਜੇ ਪਾਕਿਸਤਾਨ ਗਿਆ ਉਹਦੇ ਤੁਸੀਂ ਗਲ ਪੈ ਗਏ, ਅਤੇ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੁੰਦਿਆਂ ਪਾਕਿਸਤਾਨ ਗਏ ਅਤੇ ਲੈ ਕੇ ਗਿਆ ਭੇਡੂ ਦੁੰਬਾ, ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹੁੰਦਿਆਂ ਪਾਕਿਸਤਾਨ ਗਏ ਅਤੇ ਰੂਸਾਲਮ ਲੈ ਆਏ, ਦੋ ਮੁੱਖ ਮੰਤਰੀ ਗਏ ਅਤੇ ਤੀਜਾ ਤੁਹਾਡਾ ਗਿਆ ਸਿੱਧੂ ਅਤੇ ਸਿੱਧੂ ਬਾਬੇ ਨਾਨਕ ਦੇ ਉਸ ਪਵਿੱਤਰ ਘਰ ਵਾਸਤੇ ਸੰਗਤ ਦੇ ਦਰਸ਼ਨ ਕਰਨ ਲਈ ਰਸਤਾ ਮੰਗ ਕੇ ਆਇਆ, ਉਹਦੇ ਤੁਸੀਂ ਗਲ ਪੈ ਗਏ, ਅਤੇ ਅੱਜ ਕ੍ਰੈਡਿਟ ਵਾਰ ਆ ਗਈ, ਅੱਜ ਹੋ ਗਿਆ ਵੀ ਇਹ ਮੇਰੇ ਨਾਮ 'ਤੇ ਲੱਗ ਜਾਵੇ ਵੀ ਇਹ ਰਸਤਾ ਬਾਬੇ ਨਾਨਕ ਵਾਲਾ ਮੈਂ ਹੀ ਹਾਂ। ਅੱਜ ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਹੈਗੇ ਆ, ਅਕਾਲੀਆਂ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਹੈਗੀ ਆ, ਅਤੇ ਚਾਹੇ ਹੈਗੇ ਆ BJP ਵਾਲੇ, ਅੱਜ 2019 ਨੂੰ ਟਾਰਗੇਟ ਕਰਕੇ ਕ੍ਰੈਡਿਟ ਵਾਰ ਦੇ ਵਿੱਚ ਪਏ ਆ। ਪਰ ਮੈਂ ਧੰਨਵਾਦ ਕਰਦਾ ਵੀ ਸਾਨੂੰ ਸਾਡੇ ਬਾਬੇ ਨਾਨਕ ਦੇ ਪਵਿੱਤਰ ਦੁਆਰ ਵਾਸਤੇ ਰਸਤਾ ਮਿਲ ਗਿਆ, ਧੰਨਵਾਦ, ਅਤੇ ਪੰਜਾਬ ਦਾ ਕਰਜ਼ਾ ਮਾਫ਼ ਕਰ ਦਿਓ ਜੇ ਪੰਜਾਬ ਅਤੇ ਪੰਜਾਬੀਆਂ ਦਾ ਤੁਸੀਂ ਪਿਆਰ ਕਰਦੇ ਹੋ। ਸਮਾਗਮ ਜਿਹੜਾ ਬੇਸਿਕਲੀ ਇਹਦੀ ਜਿਹੜੀ ਮਰਿਆਦਾ ਹੈ ਉਹ ਧਾਰਮਿਕ ਤੌਰ 'ਤੇ ਹੀ ਕੀਤੀ ਜਾਣੀ ਚਾਹੀਦੀ ਸੀ, ਔਰ ਇਹੋ ਜਿਹਾ ਵੱਡਾ ਇਤਿਹਾਸਕ ਜਿਹੜਾ ਪਲ ਸਾਨੂੰ ਸਿੱਖ ਸੰਗਤ ਨੂੰ ਕਰੋੜਾਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਤੋਂ ਬਾਅਦ ਜਿਹੜਾ ਸਾਨੂੰ ਅੱਜ ਨਸੀਬ ਹੋਇਆ, ਜਿਹੜਾ ਪ੍ਰਾਪਤ ਹੋਣ ਜਾ ਰਿਹਾ, ਜਿਹੜਾ ਲਾਂਘਾ ਵੀ ਅਸੀਂ ਤਾਂਘ ਰੱਖਦੇ ਸੀ ਉਹ ਸਾਨੂੰ ਮਿਲਣ ਜਾ ਰਿਹਾ, ਅਤੇ ਅਸੀਂ ਮੈਂ ਸਮਝਦਾ ਕਿ ਉਸ ਮੌਕੇ 'ਤੇ ਰਾਜਨੀਤੀ ਕਰਨੀ ਜਾਂ ਰਾਜਨੀਤਿਕ ਗੱਲ ਕਰਨੀ
ਮਰਿਆਦਾ ਭੰਗ ਹੋਈ ਹੈ ਜੇ ਰਾਜਨੀਤੀ ਕੀਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਵੱਲੋਂ ਵੀ ਕੀਤੀ ਗਈ ਹੈ ਅਤੇ ਉਹ ਜਿਹੜੀ ਇਸ ਧਾਰਮਿਕ ਅਹਿਮੀਅਤ ਵਾਲੇ ਇਸ ਸਮਾਗਮ ਦੀ ਮਰਿਆਦਾ ਭੰਗ ਹੋਈ। ਦੇਖੋ ਜਦੋਂ ਤੱਕ ਮੇਰਾ ਸਵਾਲ ਹੈ ਨਾ, ਮੈਂ ਕਿਸੇ ਵੀ ਧਾਰਮਿਕ ਸਥਾਨ ਦੇ ਧਾਰਮਿਕ ਫੰਕਸ਼ਨ 'ਤੇ ਧਾਰਮਿਕ ਕੋਈ ਸ਼ਿਲਾਨਿਆਸ ਕਰਨਾ ਹੁੰਦਾ ਸੀ, ਮੈਂ 11 ਸਾਲ 'ਚ ਮੈਂ ਆਪਣਾ ਨਾਂ ਨਹੀਂ ਸੀ ਲਿਖਦਾ। ਹਾਂ, ਸਕੂਲਾਂ ਕਾਲਜਾਂ ਦੇ ਵਿੱਚ ਤਾਂ ਆਮ ਚੱਲ ਜਾਂਦਾ ਸੀ। ਹੁਣ ਦੇਖੋ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਲੁਧਿਆਣੇ 'ਚ ਜਿੱਥੇ ਕੋਈ ਧਾਰਮਿਕ ਸਮਾਗਮ ਹੋ ਰਿਹਾ ਉੱਥੇ ਸਿਰਫ ਗੱਲ ਧਰਮ ਦੀ ਕੀਤੀ ਜਾਣੀ ਚਾਹੀਦੀ ਹੈ। ਉੱਥੇ ਕੀਰਤਨ ਹੋਣੇ ਚਾਹੀਦੇ ਨੇ, ਇਤਿਹਾਸਿਕ ਵਿਚਾਰਾਂ ਹੋਣੀਆਂ ਚਾਹੀਦੀਆਂ ਨੇ, ਗੁਰਮਤਿ ਪ੍ਰਚਾਰ ਦੀ ਗੱਲ ਕੀਤੀ ਜਾਣੀ ਚਾਹੀਦੀ ਹੈ, ਉਸ ਅਸਥਾਨ ਦੀ ਮਹੱਤਤਾ ਬਾਰੇ ਗੱਲ ਕੀਤੀ ਜਾਣੀ ਚਾਹੀਦੀ। ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇਕਰ ਕੋਈ ਬੰਦਾ ਗਲਤ ਬੋਲ ਗਿਆ ਤਾਂ ਉਹਦਾ ਉਹ ਆਪੇ ਭੁਗਤੇਗਾ, ਸਾਨੂੰ ਰਿਐਕਟ ਨਹੀਂ ਕਰਨਾ ਚਾਹੀਦਾ ਸੀ। ਹੁਣ ਵਾਰੀ ਆਉਂਦੀ ਹੈ ਪਾਕਿਸਤਾਨ ਵੱਲੋਂ ਕੀਤੇ ਗਏ ਸਮਾਗਮ ਦੀ, ਯਾਨੀ ਕਿ 28 ਨਵੰਬਰ ਨੂੰ ਪਾਕਿਸਤਾਨ ਵੱਲੋਂ ਰੱਖੇ ਗਏ ਨੀਂਹ ਪੱਥਰ ਸਮਾਗਮ ਦੀ। ਭਾਰਤ ਹੋਏ ਜਾਂ ਪਾਕਿਸਤਾਨ, ਅਕਸਰ ਹੀ ਇੱਕ ਦੂਜੇ ਨੂੰ ਸੁਣਾਉਣ ਦਾ ਦੋਹੇ ਦੇਸ਼ ਕੋਈ ਮੌਕਾ ਨਹੀਂ ਛੱਡਦੇ, ਕਿਉਂਕਿ ਸਿਆਸਤ ਤਾਂ ਸਿਆਸਤਦਾਨਾਂ ਦੇ ਰੋਮ ਰੋਮ ਵਿੱਚ ਵਸਦੀ ਹੈ ਅਤੇ ਮਨੁੱਖੀ ਸੁਭਾਅ ਹੈ, ਉਹ ਭਲਾ ਕਿਵੇਂ ਵੱਖ ਹੋ ਸਕਦਾ। ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 26 ਤਰੀਕ ਨੂੰ ਹੋਏ ਸਮਾਗਮ ਵਿੱਚ ਪਾਕਿਸਤਾਨ ਨੂੰ ਲਲਕਾਰਦੇ ਨਜ਼ਰ ਆਏ, ਜਨਰਲ ਬਾਜਵਾ ਨੂੰ ਖਰੀ ਖੋਟੀ ਸੁਣਾਈ, ਉਹਨਾਂ ਨੂੰ ਸ਼ਰੇਆਮ ਚੈਲੰਜ ਕੀਤਾ, ਉੱਥੇ ਹੀ 28 ਤਰੀਕ ਨੂੰ ਪਾਕਿਸਤਾਨ ਵਿੱਚ ਹੋਏ ਸਮਾਗਮ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਪਤਾਨ ਸਾਹਿਬ, ਵਜ਼ੀਰ ਆਜ਼ਮ ਇਮਰਾਨ ਖਾਨ ਕਸ਼ਮੀਰ ਮੁੱਦੇ ਨੂੰ ਲੈ ਕੇ ਬੋਲ ਪਏ। ਇੰਨਾ ਹੀ ਨਹੀਂ, ਇੱਥੇ ਤੱਕ ਉਹਨਾਂ ਮਹਾਰਾਜਾ ਸਾਹਿਬ ਦੇ ਵਜ਼ੀਰ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੀ ਅਗਸਤ ਮਹੀਨੇ ਦੀ ਫੇਰੀ 'ਤੇ ਵੀ ਆਪਣੇ ਦੋਸਤ ਦਾ ਪੱਖ ਧੂਰਦੇ ਹੋਏ ਭਾਰਤ ਦੇ ਸਿਆਸਤਦਾਨਾਂ ਨੂੰ ਫਟਕਾਰ ਲਗਾ ਦਿੱਤੀ, ਉਹ ਵੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਦੇ ਵਿੱਚ। ਦੇਸ਼ ਦੇ ਲਈ ਭਾਵੁਕ ਹੋਣਾ ਇੱਕ ਅਲੱਗ ਗੱਲ ਹੈ, ਲੇਕਿਨ ਪੰਥਕ ਸਟੇਜ 'ਤੇ ਬਾਬੇ ਨਾਨਕ ਦੇ ਨਾਂ 'ਤੇ ਉਸ ਸਮਾਗਮ ਵਿੱਚ ਇਸ ਤਰ੍ਹਾਂ ਦੇ ਸ਼ਬਦਾਂ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦੇ ਨੇ। ਜਿੱਥੇ ਪ੍ਰਧਾਨ ਮੰਤਰੀ ਪਾਕਿਸਤਾਨ ਦੀ ਸ਼ਲਾਘਾ ਕੀਤੀ ਹੈ ਔਰ ਉਹਨਾਂ ਦਾ ਧੰਨਵਾਦ ਕੀਤਾ ਇਸ ਕੰਮ ਵਾਸਤੇ ਜਿਹੜਾ ਅੱਜ ਕੀਤਾ ਹੈ, ਨਾਲ ਦੇ ਨਾਲ ਕੁਛ ਉਹਨਾਂ ਦੇ ਚੀਫ ਆਫ ਆਰਮੀ ਸਟਾਫ ਨੂੰ ਮੈਂ ਕੁਛ ਕਹਿਣਾ ਚਾਹੁੰਦਾ। ਮੈਂ ਵੀ ਫੌਜ 'ਚ ਰਿਹਾ ਔਰ ਇਹ ਜਿਹੜੇ ਚੀਫ ਆਫ ਆਰਮੀ ਸਟਾਫ ਨੇ ਬਾਜਵਾ, ਜਨਰਲ ਬਾਜਵਾ, ਇਹ ਫੌਜ ਦੇ ਲਿਹਾਜ਼ ਨਾਲ ਹੈ ਚੀਫ ਆਫ ਆਰਮੀ ਸਟਾਫ ਪਾਕਿਸਤਾਨ ਦੇ, ਲੇਕਿਨ ਮੇਰੇ ਤੋਂ ਬਹੁਤ ਪਿੱਛੇ ਨੇ ਸਰਵਿਸ ਵਿੱਚ। ਮੈਂ ਤਾਂ ਜਦੋਂ ਪ੍ਰੈਜ਼ੀਡੈਂਟ ਮੁਸ਼ਰਫ ਸੇ, ਮੁਸ਼ਰਫ ਤੋਂ ਉਹ 64 ਦੇ ਵਿੱਚ ਉਹਨਾਂ ਦਾ ਕਮਿਸ਼ਨ ਹੋਇਆ ਸੀ, ਮੇਰਾ 63 ਦੇ ਵਿੱਚ ਹੋਇਆ ਸੀ, ਉਹਨਾਂ ਤੋਂ ਵੀ ਸੀਨੀਅਰ ਸੀ ਮੈਂ। ਮੇਰਾ ਇਹਦੇ ਸੀਨੀਅਰ ਜੂਨੀਅਰ ਦੀ ਕਹਿਣ ਦੀ ਲੋੜ ਨਹੀਂ, ਮੈਂ ਕਹਿਣਾ ਇਸ ਲਈ ਚਾਹੁੰਦਾ ਕਿ ਹਰ ਫੌਜੀ ਨੂੰ ਪਤਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ, ਔਰ ਹਰ ਵੇਲੇ ਸਾਡੇ ਜੋ ਅਸੀਂ ਫੌਜ ਦੇ ਵਿੱਚ ਰਹੇ ਹਾਂ, ਸਾਡਾ ਹਰ ਵੇਲੇ ਆਪਣੀ ਦੇਸ਼ ਦੀ ਰੱਖਿਆ ਸਾਡੇ ਦਿਲਾਂ ਦੇ ਵਿੱਚ ਬੈਠੀ ਹੋਈ ਸੀ ਗੱਲ, ਉਹਨਾਂ ਦੀ ਵੀ ਇਹ ਹੋਣੀ ਚਾਹੀਦੀ ਹੈ। ਇਹ ਕਿਸ ਨੇ ਸਿਖਾਇਆ ਕਿਸ ਫੌਜ ਵਿੱਚ ਕਿ ਤੁਸੀਂ ਆ ਕੇ ਪਾਕਿਸਤਾਨ ਦੇ ਬਾਰਡਰ ਦੇ ਉੱਪਰ ਸਾਡੇ ਹਿੰਦੁਸਤਾਨ 'ਤੇ ਗੋਲੀ ਚਲਾ ਕੇ ਸਾਡੇ ਜਵਾਨਾਂ ਨੂੰ ਜੋ ਕੋਈ ਇੱਥੇ ਘੁੰਮ ਰਿਹਾ ਜਾਂ ਕਿਤੇ ਜਾ ਰਿਹਾ ਉਹਨਾਂ ਨੂੰ ਤੁਸੀਂ ਮਾਰ ਦਿਓ? ਸਿਖਾਇਆ ਕਿਸ ਨੇ ਕਿ ਸਨਾਈਪਰ ਲਾ ਕੇ ਤੁਸੀਂ ਮਾਰ ਦਿਓ? ਕਿਸੇ ਨੇ ਦੱਸਿਆ ਕਿ ਤੁਸੀਂ ਪਠਾਨਕੋਟ ਵਿੱਚ ਆਪਣੇ ਬਾੜ ਕੇ ਇੱਥੇ ਲੋਕਾਂ ਨੂੰ ਇੱਥੇ ਮਾਰ ਦਿਓ, ਦੀਨਾ ਨਗਰ ਵਿੱਚ ਮਾਰ ਦਿਓ, ਜਾਂ ਇੱਥੇ ਅੰਮ੍ਰਿਤਸਰ ਦੇ ਪਿੰਡ ਵਿੱਚ ਮੇਰੇ ਲੋਕ ਆਪਣਾ ਕੀਰਤਨ ਕਰ ਰਹੇ ਨੇ ਸਵੇਰੇ ਉੱਥੇ ਬੈਠੇ ਨੇ, ਜਾ ਕੇ ਤੁਸੀਂ ਉਹਨਾਂ 'ਤੇ ਗ੍ਰੇਨੇਡ ਸਿਟਾ ਕੇ ਉਹਨਾਂ ਨੂੰ ਮਾਰ ਦਿਓ? ਇਹ ਫੌਜੀਆਂ ਦਾ ਸਿਖਲਾਈ ਹੈ, ਇਹ ਕਾਇਰਾਂ ਦੀ ਸਿਖਲਾਈ ਹੈ, ਬੁਜ਼ਦਿਲੀ ਹੈ। ਔਰ ਮੈਨੂੰ ਅਫਸੋਸ ਹੈ ਕਿ ਜਿਹੜੇ ਸਾਡੇ ਮੇਰੇ ਜੋ ਮੈਂ ਫੌਜ ਦੇ ਵਿੱਚ ਗਿਆ ਸੀ, 10 ਸਾਲ ਕੱਟੇ ਨੇ ਉੱਥੇ, ਮੈਂ ਇਸ ਲਈ ਗਿਆ ਸੀ ਕਿਉਂਕਿ ਮੇਰਾ ਦਿਲ ਚਾਹੁੰਦਾ ਸੀ ਕਿ ਮੈਂ ਜਾਵਾਂ ਫੌਜ ਦੇ ਵਿੱਚ, ਉਹਨਾਂ ਨਹੀਂ ਸੀ ਮੇਰੀ ਕੋਈ ਸਿਆਸਤ ਮੇਰੇ ਮਨ ਦੇ ਵਿੱਚ, ਔਰ ਇਹੀ ਇਹਨਾਂ ਦੇ ਵਿੱਚ ਹੋਣੀ ਹੈ। ਲੇਕਿਨ ਆਹ ਕੰਮ ਕਰਨਾ, ਮਾਸੂਮਾਂ 'ਤੇ ਗੋਲੀ ਚਲਾਉਣੀ, ਮਾਸੂਮਾਂ ਨੂੰ ਗ੍ਰੇਨੇਡ ਨਾਲ ਮਾਰਨਾ, ਕੀ ਲਾਭ ਹੋਇਆ? ਉਹ 3 ਜਿਹੜੇ ਮਰੇ ਨੇ, ਇੱਕ ਗਰੀਬ ਬੱਚਾ ਸੀ, ਉਹਦੇ ਦਾੜੀ ਵੀ ਨਹੀਂ ਆਈ। ਜਿਹੜੇ ਬੀਬੀ ਉੱਥੇ 19 ਬੰਦੇ ਹਸਪਤਾਲ 'ਚ ਪਏ ਨੇ, ਇੱਕ 6 ਸਾਲ ਦਾ ਬੱਚਾ ਸੀ, ਉਹਨੇ ਕੀ ਤੁਹਾਡਾ ਵਿਗਾੜਿਆ?
ਬੀਬੀਆਂ ਪਈਆਂ ਨੇ ਉੱਥੇ ਕੀ ਵਿਗਾੜਿਆ ਤੁਹਾਡਾ? ਸ਼ਰਮ ਆਉਣੀ ਚਾਹੀਦੀ ਹੈ ਇਹਨੂੰ। ਔਰ ਅਗਰ ਇਹ ਸਮਝਦੇ ਨੇ ਕਿ ਪੰਜਾਬ ਦੇ ਵਿੱਚ ਇਹ ਆਪਣਾ ਕੁਛ ਇੱਥੇ ਗੜਬੜ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਯਾਦ ਰੱਖੇ ਬਾਜਵਾ ਅਸੀਂ ਵੀ ਸਾਡੇ ਕੋਲ ਵੀ ਪੰਜਾਬੀਆਂ ਦਾ ਖੂਨ ਸਾਡੇ ਵਿੱਚ ਵੱਸਦਾ, ਅਸੀਂ ਨਹੀਂ ਇਹਨਾਂ ਨੂੰ ਆਉਣ ਦੇਣਾ ਇੱਥੇ। ਔਰ ਅਸੀਂ ਇਹਨਾਂ ਨੂੰ ਜਿਸ ਤਰੀਕੇ ਨਾਲ ਅਸੀਂ ਤੁਹਾਨੂੰ ਪਤਾ ਇਸ ਸਾਲ ਜਦ ਤੋਂ ਅਸੀਂ ਆਏ ਹਾਂ ਉਰੇ 17 ਵਾਰ ਤਾਂ ਇਹਨਾਂ ਦੀ ਟੋਲੀਆਂ ਇੱਥੇ ਪਕੜੀਆਂ ਨੇ ਅਸੀਂ, 81 ਇਹਨਾਂ ਦੇ ਬੰਦੇ ਜਿਹੜੇ ਇੱਥੇ ਖੂਨ ਖਰਾਬਾ ਕਰ ਰਹੇ ਸੀ ਉਹਨਾਂ ਨੂੰ ਫੜਿਆ, 70 ਹਥਿਆਰ ਅਸੀਂ ਇਹਨਾਂ ਦੇ ਦਿੱਤੇ ਨੇ, ਗ੍ਰੇਨੇਡ ਫੜੇ ਨੇ, ਐਮਿਊਨੀਸ਼ਨ ਫੜਿਆ, IED ਜੋ ਬੰਬ ਰੱਖਦੇ ਨੇ ਉਹ ਵੀ ਫੜੇ ਨੇ ਅਸੀਂ ਇਹਨਾਂ ਤੋਂ। ਕਿਆ ਸਮਝੀ ਬੈਠੇ ਨੇ ਕਿ ਕੋਈ ਪੰਜਾਬ ਇਹੋ ਜਿਹੀ ਕੋਈ ਜਗ੍ਹਾ ਹੈ ਜਿੱਥੇ ਜੀ ਕਰਦੇ ਤੁਸੀਂ ਜਾ ਕੇ ਐਸੇ ਕਰੀ ਚੱਲੋ? ਹਮ ਆਗੇ ਬੜਨਾ ਚਾਹਤੇ, ਹਮੇਂ ਵੋ ਇੱਕ ਸਿਵਲਾਈਜ਼ਡ ਰਿਲੇਸ਼ਨਸ਼ਿਪ ਚਾਹਤੇ। ਹਮਾਰਾ ਮਸਲਾ ਏਕ ਕਸ਼ਮੀਰ ਕਾ। ਮੁਝੇ ਯੇ ਬਤਾਏ ਕਿ ਇਨਸਾਨ ਚਾਂਦ ਪੇ ਪਹੁੰਚ ਚੁੱਕਾ ਹੈ, ਕੌਨ ਸਾ ਮਸਲਾ ਹੈ ਜੋ ਇਨਸਾਨ ਹੱਲ ਨਹੀਂ ਕਰ ਸਕਦਾ? ਕਿਆ ਹਮ ਏਕ ਮਸਲਾ ਆਪਣਾ ਹੱਲ ਨਹੀਂ ਕਰ ਸਕਦੇ? ਸਿਰਫ ਦੋ ਇਰਾਦੇ ਵਾਲੀ ਲੀਡਰਸ਼ਿਪ ਚਾਹੀਏ ਬਾਰਡਰ ਕੇ ਇੱਕ ਦੋਨੋਂ ਤਰਫ, ਜੋ ਇਰਾਦਾ ਕਰ ਲੇ ਕਿ ਹਮ ਮਸਲਾ ਹੱਲ ਕਰੇਂਗੇ। ਮੈਂ ਆਪਕੋ ਯਕੀਨ ਦਿਲਾਤਾ ਹੂੰ ਕਿ ਯਹ ਮਸਲਾ ਹੱਲ ਹੋ ਜਾਏਗਾ। ਕੋਈ ਐਸੀ ਚੀਜ਼ ਨਹੀਂ ਜੋ ਹੱਲ ਨਹੀਂ ਹੋ ਸਕਦੀ, ਲੇਕਿਨ ਇੱਕ ਇਰਾਦਾ ਚਾਹੀਏ ਔਰ ਇੱਕ ਬੜਾ ਖੁਆਬ ਚਾਹੀਏ। ਸੋਚੇ ਕਿ ਇੱਕ ਦਫ਼ਾ ਹਮਾਰੀ ਤਜਾਰਤ ਸ਼ੁਰੂ ਹੋ ਜਾਏ, ਹਮਾਰੀ ਰਿਲੇਸ਼ਨਸ਼ਿਪ ਠੀਕ ਹੋ ਜਾਏ, ਆਪ ਅੰਦਾਜ਼ਾ ਲਗਾਏ ਕਿ ਪੋਟੈਂਸ਼ੀਅਲ ਕਿੰਨਾ ਹੈ, ਕਿਆ ਹੋ ਸਕਦਾ ਹੈ, ਦੋਨੋਂ ਮੁਲਕੋਂ ਕੋ ਕਿੰਨਾ ਫਾਇਦਾ ਹੋ ਸਕਦਾ ਹੈ। ਮੈਂ ਆਪ ਸਭ ਕਾ ਫਿਰ ਸੇ ਸ਼ੁਕਰਗੁਜ਼ਾਰ ਹੂੰ ਔਰ ਆਪਕੋ ਫਿਰ ਸੇ ਵੈਲਕਮ ਕਰਤਾ ਹੂੰ, ਔਰ ਖਾਸ ਤੌਰ ਪੇ ਨਿਰਜੋਤ ਸਿੱਧੂ ਆਪਕੋ। ਔਰ ਮੈਂ ਅੱਛਾ ਆਖਿਰ ਮੈਂ ਇੱਕ ਚੀਜ਼, ਮੈਂ ਜਬ ਮੈਨੇ ਜਬ ਦੇਖਾ ਕਿ ਸਿੱਧੂ ਵਾਪਸ ਗਏ ਪਿਛਲੀ ਵਾਰੀ 3 ਮਹੀਨੇ ਪਹਿਲੇ ਜਬ ਇਹ ਆਏ ਥੇ, ਤੋ ਇਨਕੇ ਉੱਪਰ ਬੜੀ ਤਨਕੀਦ ਹੋਈ। ਮੁਝੇ ਅਭੀ ਤੱਕ ਨਹੀਂ ਸਮਝ ਆਈ ਕਿ ਤਨਕੀਦ ਕਿਉਂ ਹੋਈ। ਇੱਕ ਇਨਸਾਨ ਇੱਕ ਦੋਸਤੀ ਔਰ ਪਿਆਰ ਕਾ ਪੈਗਾਮ ਲੈ ਕੇ ਆਇਆ ਹੈ, ਉਹ ਕੌਣ ਸਾ ਜੁਰਮ ਕਰ ਰਿਹਾ ਹੈ? ਔਰ ਵੋ ਆਦ ਉਨ ਮਾਲਿਕ ਕੇ ਬੀਚ ਮੇਂ ਵੋ ਦੋਸਤੀ ਕੀ ਬਾਤ ਕਰ ਰਿਹਾ ਹੈ ਜੋ ਦੋਨੋਂ ਮੁਲਕ ਨਿਊਕਲੀਅਰ ਆਰਮਡ ਹੈ, ਹਮਾਰੇ ਪਾਸ ਦੋਨੋਂ ਕੇ ਪਾਸ ਐਟਮੀ ਹਥਿਆਰ ਹੈ, ਤੋ ਜੰਗ ਤੋ ਹੋ ਹੀ ਨਹੀਂ ਸਕਤੀ। ਦੋ ਮੁਲਕ ਜਿਨਕੇ ਪਾਸ ਐਟਮੀ ਹਥਿਆਰ ਹੋ ਵੋ ਤੋ ਪਾਗਲਪਨ ਹੈ ਜੰਗ ਕਾ ਸੋਚਣਾ। ਮੈਂ ਇਹ ਉਮੀਦ ਰੱਖਤਾ ਹੂੰ ਕਿ ਯੇ ਨਾ ਹੋ ਕਿ ਹਮੇਂ ਸਿੱਧੂ ਕੀ ਇੰਤਜ਼ਾਰ ਕਰਨੀ ਪੜੇ ਕਿ ਜਬ ਵੋ ਵਜ਼ੀਰ ਆਜ਼ਮ ਬਣੇਗਾ ਤਦ ਦੋਸਤੀ ਹੋਗੀ ਪਾਕਿਸਤਾਨ ਔਰ ਹਿੰਦੁਸਤਾਨ ਕੀ। ਤੇ ਦੋਵੇਂ ਸਮਾਗਮ ਤੇ ਤਾਂ ਜੋ ਸਿਆਸਤ ਹੋਈ ਉਹ ਹੋਈ, ਪਰ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਨਵਜੋਤ ਸਿੰਘ ਸਿੱਧੂ ਦੀ, ਤਾਂ ਲੱਗਦਾ ਹੈ ਪਾਕਿਸਤਾਨ ਜਾਣ ਤੋਂ ਪਹਿਲਾਂ ਸਰਦਾਰ ਨਵਜੋਤ ਸਿੰਘ ਸਿੱਧੂ ਆਪਣੇ ਸਿਤਾਰੇ ਚੈੱਕ ਨਹੀਂ ਕਰਦੇ, ਇਸ ਲਈ ਕਿਉਂਕਿ ਪਿਛਲੀ ਵਾਰ ਜਦ ਇਮਰਾਨ ਖਾਨ ਦੀ ਓਥ ਸੈਰਾਮਨੀ ਵਿੱਚ ਸਿੱਧੂ ਪਾਕਿਸਤਾਨ ਗਏ ਉਸ ਵੇਲੇ ਵੀ ਕੌਂਟਰੋਵਰਸੀ ਆਪਣੇ ਨਾਲ ਲੈ ਕੇ ਵਾਪਸ ਆਏ, ਜਨਰਲ ਬਾਜਵਾ ਨੂੰ ਗਲਵਕੜੀ ਪਾਉਣਾ। ਤੇ ਇਸ ਵਾਰ ਵੀ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਆਪਣੀ ਪਾਰਟੀ ਦੇ ਮੁੱਖ ਮੰਤਰੀ ਤੋਂ ਬਾਹਰ ਹੋ ਕੇ ਨਿੱਜੀ ਦੌਰਾ ਦੱਸਦੇ ਹੋਏ ਪਾਕਿਸਤਾਨ ਜਾਣਾ ਹੀ ਸਿਆਸਤ ਦਾ ਮੁੱਦਾ ਬਣਿਆ, ਤੇ ਦੂਜਾ ਇੱਕ ਹੋਰ ਵਿਵਾਦ ਉਹਨਾਂ ਨਾਲ ਜੁੜ ਗਿਆ, ਗੋਪਾਲ ਚਾਵਲਾ ਦੇ ਨਾਲ ਨਵਜੋਤ ਸਿੰਘ ਸਿੱਧੂ ਦੀ ਫੋਟੋਜ਼ ਦਾ ਵਾਇਰਲ ਹੋਣਾ। ਗੋਪਾਲ ਚਾਵਲਾ ਜੋ ਖਾਲਿਸਤਾਨੀ ਸਮਰਥਕ ਦੱਸੇ ਜਾਂਦੇ ਹਨ, ਜਿੱਦਾਂ ਹੀ ਇਹ ਫੋਟੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਇੱਕ ਹੋਰ ਨਵੀਂ ਬਹਿਸ ਨੇ ਜਨਮ ਲੈ ਲਿਆ ਅਤੇ ਸਿਆਸਤਦਾਨਾਂ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ। ਪਰ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਤੋਂ ਪਰਤ ਕੇ ਇਸ 'ਤੇ ਸਫਾਈ ਦਿੱਤੀ ਤੇ ਕਿਹਾ ਕੌਣ ਹੈ ਗੋਪਾਲ ਚਾਵਲਾ? ਨਾਮ ਹੈ ਜਿਹੜਾ ਤੂੰ ਲਿਆ ਗੋਪਾਲ ਸਿੰਘ ਚਾਵਲਾ। ਹਾਂ ਸੁਣ ਲਓ ਭਾਈ, ਡਾਊਨ ਕਰ ਲੈ ਨਾ ਯਾਰ, ਡਾਊਨ ਕਰ ਲੈ ਯਾਰ। ਇਤਨਾ ਪਿਆਰ ਥਾ ਵਹਾਂ ਕਿ ਹਰ ਰੋਜ਼ ਕਰੀਬ 10,000 ਫੋਟੋਆਂ ਖਿੱਚਦੇ ਥੇ ਲੋਕ, 10,000 ਫੋਟੋਆਂ ਜੈਸੇ ਯਹਾਂ ਜੈਸੇ ਵਹਾਂ, तो उनमें चावला कौन है और चीमा कौन है ये मैं नहीं जानता। सिमरन कौर बादल गई थे सेविका बन के, पर सिमरन कैंडी में जवाब तुसी देने, सिमरन कैंडी में सेविका बन के गई हैं। There were 10,000 photographs, 15,000 photographs taken. How do I know who was Chawla and who was Cheema?
कुल मिला के अगर वेख्या जावे ते 70 साल दी उड़ीक 70 साल बाद आए इस इतिहासक फैसले अते संगतां दे जज्बातां ते सियासतदानां वलों खेडी गई सियासत ते पानी फेर दिता कि एक दिन सिर्फ एक दिन उस सरबत दे भले दी गल नहीं कर सकते सन कि एक दिन अपने रील करैक्टर चो बाहर निकल के अपने रियल करैक्टर नू शो नहीं कर सकते सन। गुरु नानक साहिब ने जो मनुखी दा पाठ पढ़ाया कि एक दिन मनुखियत नहीं वखा सकते सन। इस वाक्य ने इस विवाद ने यह गल साबित कर दिती है कि जो मर्जी हो जावे इन बरसाती डडुआं लई सिर्फ ते सिर्फ अपनी झूठी शान जरूरी है, फिर भावें उस दे लई बाबे नानक दा सहारा ही क्यों ना लेना पवे। जान तो पहला दो लाइना जरूर कहना चाहवांगी। इस कदर बट गए हैं जमाने में सभी, इस कदर बट गए हैं जमाने में सभी कि अगर खुदा भी आकर कहे कि मैं भगवान हूं तो लोग पूछेंगे किसके। सत श्री अकाल। किसी ने दसा है कि तुम पठानकोट में अपने बाढ़ के इतने लोगों इतने मार दे दीनानगर में मार दे या इतने अमृतसर के पिंड मेरे लोग अपना कीर्तन कर रहे हैं सवेरे उत्थे बैठे ने जाके तुसी उन्हां ते ग्रेनेड सिटा के उन्हां नूं मार दिओ। ये फौजियां दा सिखलाई है, ये कायरां दी सिखलाई है। 34 सालां तों कतलेआम दी इंसाफ दी लड़ाई लड़दी हुई सिख कौम नूं पहली इंसाफ दी किरण अदालतां ने दित्ती ते उन्हां कातलां नूं फांसी विच टंगण दा जिहड़ा काम कीता इहदे नाल सानूं विश्वास है कि वड्डे मगरमच्छ भी फांसी ते टंगे जाणगे। इन्हां ने सिखां दी नसल खुशी कीती। जेड़े मगरमच्छां दी गल कीती गई उन्हां मगरमच्छां नूं फड़ के फाए टंगना चाहिए, इहदे विच कोई राय नहीं। हमारा मसला एक कश्मीर का।